ਹਰੇਕ ਨੂੰ ਆਪਦੇ ਵਰਗਾ ਨਹੀਂ ਸਮਝੀ ਜਾਂਦਾ ਸੀ ਦੱਸਿਆ। ਗੱਲ ਯਾਦ ਕਰ ਲੈ ਮੇਰੀ ਅੱਜ, ਬਹੁਤੇ ਜਿਹੜੇ ਤੂੰ ਕਰਨੇ ਤੂੰ ਕਰ, ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿਤੇ, ਮੈਂ ਕਰ ਦੂੰਗਾ। ਮੈਂ 5 ਤਰੀਕ ਨੂੰ, 5 ਤਰੀਕ ਨੂੰ ਕੌਣ ਕਰਦਾ, ਕੱਲ ਨੂੰ ਕਰ। ਬੀਜੇਪੀ ਉਮੀਦਵਾਰ ਸ਼ੀਤਲ ਉਂਗਰਾਲ ਵੱਲੋਂ ਲਾਏ ਇਲਜ਼ਾਮਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੇਤਾਵਨੀ ਦਿੱਤੀ ਹੈ, ਕਿਹਾ ਕਿ ਪੰਗਾ ਨਾ ਲਿਆ ਜਾਵੇ। ਸੀਐਮ ਨੇ ਉਲਟਾ ਸ਼ੀਤਲ ਉਂਗਰਾਲ 'ਤੇ ਕਈ ਇਲਜ਼ਾਮ ਲਾਏ। ਮੇਰੇ ਨਾਲ ਨਾ ਪੰਗਾ ਲਿਓ, ਮੈਂ ਇਹਨੂੰ ਕਹਿਣਾ ਵੱਡੇ ਇਨਕਲਾਬੀ ਆ ਗਏ, ਤਿਆਗ ਕਰਨੇ ਪੈਂਦੇ ਆ ਲੋਕਾਂ ਦੇ ਦਿਲਾਂ 'ਚ ਵਸਣ ਵਾਸਤੇ। ਤੁਹਾਡੇ ਵਾਂਗੂ ਅਸੀਂ ਨਸ਼ਿਆਂ ਦੇ NDPS ਦੇ ਕੇਸ ਪਏ ਨੇ, ਨਸ਼ੇ ਵਿਕਾਉਣ 'ਚ, ਲਾਟਰੀਆਂ 'ਚ। ਮੈਂ ਬਥੇਰਾ ਕਿਹਾ ਹੋਇਆ ਨਾ, ਹੁਣ ਮੇਰੇ 'ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਨੇ ਨੇ ਕਿਹਾ ਸੀ, ਫਲਾਨੇ ਨੇ ਘਰ ਵਾਲੀ ਫਲਾਨੇ ਨੂੰ ਐਂ। ਕਮਾਲ ਹੈ ਯਾਰ, ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ, ਮੈਂ ਅੱਜ ਤੋਂ 20 ਸਾਲ ਪਹਿਲਾਂ 25 ਲੱਖ ਰੁਪਇਆ ਇੱਕ ਪ੍ਰੋਗਰਾਮ ਦਾ ਲੈਂਦਾ ਸੀ। ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈਂਦਾ ਬਥੇਰੇ, ਮੈਂ ਇੱਥੋਂ ਲੋਕਾਂ 'ਚੋਂ ਪੈਸੇ ਕਮਾਊਂਗਾ। ਹਰੇਕ ਨੂੰ ਆਪਦੇ ਵਰਗਾ ਨਹੀਂ ਸਮਝੀਦਾ ਹੁੰਦਾ ਸੀ ਦੱਸਿਆ। ਗੱਲ ਯਾਦ ਕਰ ਲੈ ਮੇਰੀ ਅੱਜ, ਬਹੁਤੇ ਜਿਹੜੇ ਤੂੰ ਕਰਨੇ ਤੂੰ ਕਰ, ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿਤੇ, ਮੈਂ ਕਰ ਦੂੰਗਾ। ਮੈਂ 5 ਤਰੀਕ ਨੂੰ 5 ਤਰੀਕ ਨੂੰ ਕੌਣ ਕਰਦਾ, ਕੱਲ ਨੂੰ ਕਰ, ਕੱਲ ਨੂੰ ਕਰ। ਚੱਲ ਮੇਰਾ ਵੀ ਚੈਲੰਜ ਹੈ, ਤੂੰ 5 ਤਰੀਕ ਦੀ ਵੇਟ ਕਿਉਂ ਕਰਦਾ, 5 ਤਰੀਕ ਦੀ ਵੇਟ ਕਿਉਂ ਕਰਦਾ, ਕੱਲ ਨੂੰ ਕਰ, ਕੱਲ ਨੂੰ ਕਰ, ਹੁਣੀ ਕਰ, ਅੱਜ ਸ਼ਾਮ ਨੂੰ ਕਰ। ਕਮਾਲ ਹੈ ਯਾਰ, ਕਿਸੇ ਤੇ ਵੀ ਇਲਜ਼ਾਮ ਲਾ ਦਿੰਦੇ ਹੋ ਯਾਰ। ਕੇਜਰੀਵਾਲ ਤੇ ਇਲਜ਼ਾਮ ਲਾਤਾ, ਫਲਾਨੇ ਬੰਦੇ ਨੇ ਕਿਹਾ ਸੀ, ਕੇਜਰੀਵਾਲ ਨੇ ਐਂ ਕਿਹਾ, ਉਹਨੂੰ ਇੰਨੇ ਪੈਸੇ ਦੇ ਦੇ, ਕੇਜਰੀਵਾਲ ਦੇ ਵਿੱਚ ਨਾਮੋ ਨਿਸ਼ਾਨ ਨਹੀਂ, ਉਹ ਚੱਕ ਕੇ ਜੇਲ੍ਹ 'ਚ ਮਾਰਿਆ। ਹੁਣ ਫਿਰ ਆਪ ਨੂੰ ਜੇਲ੍ਹ ਦਿਖਦੀ ਹੈ ਨਾ, ਇਹਨੇ ਪਤਾ 5 ਤਰੀਕ ਕਿਉਂ ਕਹੀ ਹੈ, ਇਹਨੂੰ ਐਂ ਆ 5 ਤਰੀਕ ਤੱਕ ਡਰ ਕੇ ਮੇਰੇ ਨਾਲ ਗੱਲ ਕਰ ਲੈਣਗੇ ਵੀ ਐਂ ਕਰ, ਤੈਨੂੰ ਛੱਡ, ਮੈਂ ਨਹੀਂ ਛੱਡਦਾ, ਤੂੰ ਲਾਲ ਜਾਮ ਜਿਹੜੇ ਲਾਉਣੇ ਤੂੰ। ਭਗਤ ਸਿੰਘ ਨਾਲੋਂ ਦੁੱਗਣੀ ਤੋਂ ਜ਼ਿਆਦਾ ਉਮਰ ਜਿਵੇਂ ਬੈਠਾ, ਭਗਤ ਸਿੰਘ ਨਾਲੋਂ ਦੁੱਗਣੀ ਤੋਂ ਜ਼ਿਆਦਾ ਉਮਰ ਜਿਵੇਂ ਬੈਠਾ, ਅੱਜ ਕੱਲ੍ਹ ਮਰਦਾ ਅੱਜ ਮਰ ਜੂੰਗਾ ਮੈਂ, ਪਰ ਇਸ ਤਾਂ ਤੇਰੇ ਵਰਗੇ ਇਹੋ ਜਿਹੇ ਗਦਾਰਾਂ ਦਾ, ਲੋਕਾਂ ਦੇ ਧੋਖੇਬਾਜ਼ਾਂ ਦਾ ਮੈਂ ਕੋਈ ਲਿਹਾਜ਼ ਨਹੀਂ ਕਰਨਾ। ਦੇਖ ਲਈ ਹੁੰਦਾ ਕੀ ਆ ਹੁਣ, ਫਿਰ ਗੱਲ ਹੈ ਯਾਰ, ਕੋਈ ਇੱਥੇ ਗਲੀਆਂ 'ਚ ਫਿਰ ਲਾਤੇ ਯਾਰ ਅਸਤੀਫਾ ਦੇ ਕੇ, ਹੁਣ ਮੈਨੂੰ ਪਾਓ ਜੀ, ਹੁਣ ਮੈਨੂੰ ਇੱਧਰੋਂ ਪਾਓ ਜੀ, ਕਿਉਂ ਪਾਓ ਜੀ, ਜਮਾਨਤਾਂ ਜ਼ਬਤ ਕਰਾਓ ਇਹਨਾਂ ਦੀਆਂ, ਜਮਾਨਤਾਂ ਜ਼ਬਤ ਕਰਾਓ ਇਹਨਾਂ ਦੀਆਂ, ਜੇ ਚਾਹੁੰਦੇ ਹੋ ਹਾਂ ਜਮਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ, ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾਓ, ਇਨਕਲਾਬ ਇਨਕਲਾਬ, ਭਾਰਤ ਮਾਤਾ ਕੀ, ਭਾਰਤ ਮਾਤਾ ਕੀ, ਵੰਦੇ ਬੋਲੇ ਸੋ ਨਿਹਾਲ। ਸਾਰਾ ਸਮਾਜ ਇਕੱਠੇ ਰਹੋ, ਏਕਾ ਰੱਖੋ, ਜਮਾਨਤਾਂ ਜ਼ਬਤ ਕਰਾਓ, ਇਹੋ ਜਿਹਾ ਦੁਬਾਰਾ ਜ਼ਿੰਦਗੀ 'ਚ ਵੋਟਾਂ 'ਚ ਖੜਨ ਬਾਰੇ ਸੋਚਣ ਨਾ।